ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਬਹੁਤ ਜ਼ਰੂਰੀ ਵੀਡੀਓ ਆ। ਅਸੀਂ ਰਾਮ ਸਿੰਘ ਰਾਣਾ ਜੀ ਦੇ ਨਾਲ ਖੜੇ ਹਾਂ। ਇਹਨਾਂ ਦੇ ਗੋਲਡਨ ਹੱਟ ਤੁਸੀਂ ਦੇਖੋਗੇ, ਇਹ ਗੋਲਡਨ ਹੱਟ ਤੇ ਅਸੀਂ ਆਏ ਹਾਂ। ਔਰ ਮੈਂ ਸਭ ਨੂੰ ਇਹ ਬੇਨਤੀ ਕਰਨਾ ਚਾਹੁੰਦਾ, ਮੇਰੀ ਹੱਥ ਬੰਨ ਕੇ ਬੇਨਤੀ ਆ, ਵੀਡੀਓ ਨੂੰ ਸ਼ੇਅਰ ਵੀ ਕਰਿਓ ਜੇ। ਰਾਣਾ ਜੀ ਦੇ ਜੋ ਕਿਸਾਨੀ ਦੀ ਲੜਾਈ ਲੜੀ, ਬਹੁਤ ਕਹਿ ਦੇਣਾ ਸੌਖਾ ਇਹ ਮੇਰੇ ਵੀਰੋ, ਆਪਣਾ ਕਾਰੋਬਾਰ ਜਿੱਥੋਂ ਇਹਨਾਂ ਦੇ ਪਰਿਵਾਰ ਦਾ ਰੋਜ਼ਗਾਰ ਪੇਟ ਭਰਦਾ ਸੀ, ਉਸ ਨੂੰ ਕਿਸਾਨਾਂ ਨੂੰ ਦੇ ਦਿੱਤਾ। ਭਾਈ ਤੁਸੀਂ ਰਹੋ, ਕੋਈ ਗੱਲ ਨੀ, ਕਾਰੋਬਾਰ ਹੁੰਦਾ ਰਹੂਗਾ ਬਾਅਦ ਚ, ਕਿਉਂ ਮੈਂ ਵੀ ਕਿਸਾਨ ਦਾ ਬੇਟਾ। ਪਰ ਅੱਜ ਜੋ ਉਹਨਾਂ ਤਸ਼ੱਦਦ ਕੀਤੀ ਜਾ ਰਹੀ, ਤੁਹਾਨੂੰ ਸਭ ਨੂੰ ਪਤਾ ਲੱਗ ਗਿਆ ਕਿਤਨਾ ਬੈਰੀਗੇਡ ਕਰਕੇ ਅਸੀਂ ਇੱਥੇ ਪਹੁੰਚੇ ਹਾਂ, ਬੰਦ ਕੀਤੇ ਹੋਏ ਨੇ। ਮੇਰੀਆਂ ਦੋ ਬੇਨਤੀਆਂ ਨੇ, ਇੱਕ ਮੇਰੇ ਵੀਰ ਜਿਹੜੇ ਇੱਥੇ ਆਉਂਦੇ ਸੀ, ਕਿਸਾਨ ਵੀਰ, ਟੈਕਸੀਆਂ ਵਾਲੇ, ਬੱਸਾਂ ਵਾਲੇ, ਪ੍ਰਾਈਵੇਟ ਬੱਸਾਂ, ਮੇਰੇ ਵੀਰੋ ਆਪਣੇ ਭਰਾ ਦਾ ਸਾਥ ਦਿਓ, ਇਹ ਧਿਆਨ ਰੱਖਿਓ ਜੇ। ਸਾਰੇ ਨਿਮਟਣੇ ਕੇ ਬਾਅਦ ਆਏ ਜੀ, ਅਬ ਵੀ ਆਤੇ ਹੈ, ਲੇਕਿਨ ਬੜੀ ਸਰ ਕੋਈ ਨੀ ਜੀ, ਸਾਰੇ ਸਾਰੇ ਵੀਰ ਜਿਹੜੇ ਨੇ ਇਹਦੇ ਆਪਣੇ ਭਰਾ ਦਾ ਆਪਾਂ ਸਾਥ ਦਈਏ, ਦੁਨੀਆਂ ਨੂੰ ਇੱਕ ਸੰਦੇਸ਼ ਦੇ ਦਈਏ, ਸਾਡੇ ਬੰਦੇ ਵੱਲ ਜੇ ਤੁਸੀਂ ਉਂਗਲ ਵੀ ਕਰੋਗੇ ਨਾ, ਤੇ ਅਸੀਂ ਚੁੱਪ ਨੀ ਰਹਿਣ ਵਾਲੇ, ਅਸੀਂ ਇਹ ਬਰਦਾਸ਼ਤ ਕਰਨ ਵਾਲੇ ਨਹੀਂ। ਸਾਨੂੰ ਦਬਾਉਣ ਦੀ ਕੋਸ਼ਿਸ਼ ਕਰੋਗੇ, ਪੂਰੀ ਦੁਨੀਆਂ ਨਾਲ ਆ ਕੇ ਖੜੇ ਹੋ ਜੀ, ਜਿਵੇਂ ਅੱਜ ਖੜੇ ਹਾਂ ਅਸੀਂ। ਦੂਜੀ ਗੱਲ, ਹੁਣ ਇਸ ਕਦਰ ਗਿਰ ਗਏ ਨੇ, ਰਾਣਾ ਜੀ ਦੇ ਪਰਿਵਾਰ ਨੂੰ ਧਮਕੀਆਂ ਦੇਣ ਲੱਗ ਪਏ। ਮੈਂ ਅਸੀਂ ਮੇਰੇ ਵੀਰੋ ਜਿਹੜੇ ਤੁਸੀਂ ਸੁਣ ਰਹੇ ਜੇ, ਤੁਹਾਡੇ ਅਭਿਆਸ ਤੇ ਆਪਣੇ ਭਰਾ ਰਾਮ ਸਿੰਘ ਰਾਣਾ ਜੀ ਨੂੰ ਅਸੀਂ ਆਸ਼ਵਾਸਨ ਦਿੱਤਾ ਹੈ, ਸਾਰੀ ਕੌਮ, ਕਿਸਾਨ ਤੇਰੇ ਨਾਲ ਖੜੇ ਨੇ ਰਾਣਾ ਜੀ, ਔਰ ਇਹਨਾਂ ਦੇ ਬੱਚਿਆਂ ਨੂੰ ਅਸੀਂ ਆਪਣੇ ਨਾਲ ਲੈ ਕੇ ਜਾ ਰਹੇ ਹਾਂ। ਅਸੀਂ ਕਿਹਾ ਅਸੀਂ ਜ਼ਿੰਮੇਵਾਰੀ ਲੈਂਦੇ ਹਾਂ ਆਪਣੇ ਭਰਾਵਾਂ ਦੇ ਸਿੱਧਕੇ, ਤੁਹਾਡੇ ਸਿਰੇ ਜ਼ਿੰਮੇਵਾਰੀ ਲੈ ਰਹੇ ਹਾਂ, ਤੁਸੀਂ ਵੀਡੀਓ ਸ਼ੇਅਰ ਕਰਨੀ ਆ, ਜ਼ਿੰਮੇਵਾਰੀ ਲੈਂਦੇ ਹਾਂ। ਸਾਡਾ ਖੂਨ ਦਾ ਕਤਰਾ ਕਤਰਾ ਵਹਿ ਸਕਦਾ ਹੈ, ਤੇਰੇ ਪਰਿਵਾਰ ਵੱਲ ਕੋਈ ਵੇਖ ਨਹੀਂ ਸਕਦਾ, ਝਾਕ ਨਹੀਂ ਸਕਦਾ। ਅਸੀਂ ਜ਼ਿੰਦਗੀ ਦੇ ਅੰਦਰ ਆਪਣੇ ਉੱਤੇ ਕੋਈ ਕਰਜ਼ ਨਹੀਂ ਰੱਖਦੇ ਲੋਕ, ਅਸੀਂ ਸੱਤ ਭਰਾ ਦੇ ਪਿੱਛੇ ਜਾਣ ਦੇ ਦਿੰਦੇ ਹਾਂ, ਤੇ ਰਾਣਾ ਭਰਾ ਨੇ ਆਪਣੇ ਕਿਸਾਨਾਂ ਪਿੱਛੇ, ਆਪਣੇ ਵੀਰਾਂ ਪਿੱਛੇ ਆਪਣਾ ਕਾਰੋਬਾਰ ਤਿਆਗਿਆ। ਇਹੋ ਜਿਹੇ ਭਰਾ ਦਾ ਸਾਡੇ ਤੇ ਅਹਿਸਾਨ ਆ, ਔਰ ਅਸੀਂ ਅਹਿਸਾਨ ਕਿਸੇ ਸੂਰਤ ਅੰਦਰ ਨਹੀਂ ਰੱਖਾਂਗੇ। ਰਾਣਾ ਜੀ, ਸਾਰੀ ਦੁਨੀਆਂ ਦੇ ਲੋਕ, ਅਮਰੀਕਾ, ਇੰਗਲੈਂਡ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਥਾਈਲੈਂਡ ਤੋਂ ਲੈ ਕੇ ਦੁਨੀਆਂ ਦਾ, ਫਰਾਂਸ, ਸਵਿਟਜ਼ਰਲੈਂਡ, ਹਾਲੈਂਡ ਤੋਂ ਲੈ ਕੇ ਦੁਨੀਆਂ ਦਾ ਕੋਈ ਐਸਾ ਆਦਮੀ ਨਹੀਂ ਜਿਹੜਾ ਤੁਹਾਨੂੰ ਹੁਣ ਦੇਖ ਨਹੀਂ ਰਿਹਾ, ਸਾਰੇ ਤੁਹਾਡੇ ਨਾਲ ਡਟ ਕੇ ਖੜੇ ਆ। ਇੱਕ ਵਾਰ ਤੁਸੀਂ ਵੀ ਸਭ ਨੂੰ ਫਤਿਹ ਬੁਲਾ ਦਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਛ ਕਹਿਣਾ ਸੁਣ ਲਈਏ ਤੇ ਕਹਿ ਦਿਓ, ਤੁਹਾਨੂੰ ਸਾਰੇ ਸੁਣਦੇ ਪਏ ਆ। ਭਾਈ ਜੀ, ਮੈਂ ਸ਼ਬਦ ਹੀ ਨਹੀਂ ਹੈ, ਮੈਂ ਕੈਸੇ ਧੰਨਵਾਦ ਕਰੂੰ ਭਾਈ ਸਾਹਿਬ ਕੇ, ਪੂਰੇ ਕਿਸਾਨ ਸਮਾਜ ਕਾ, ਪੂਰੇ ਆਪਣੇ ਭਾਈਚਾਰੇ ਕਾ, ਪੂਰੇ ਸਿੱਖ ਸਮਾਜ ਕਾ, ਮੇਰੇ ਪਾਸ ਸ਼ਬਦ ਨਹੀਂ ਹੈ। ਮੇਰੀ ਸਭਸੇ ਬੜੀ ਟੈਨਸ਼ਨ ਥੀ ਜੋ ਮੇਰੇ ਕੋ ਕੱਲ ਸੇ ਹੋ ਰਹੀ ਥੀ, ਔਰ ਵੋ ਮੈਂ ਸ਼ਾਇਦ ਮੈਂ ਨਿਸ਼ਚਿੰਤ ਰਹੂੰਗਾ ਉਸ ਬਾਤ ਸੇ, ਔਰ ਬਸ ਮੈਂ ਸ਼ਬਦ ਨਹੀਂ ਹੈ ਮੈਂ ਅਭੀ। ਬਸ ਜੀ, ਬਿਲਕੁਲ ਤੁਹਾਡੀ ਚਿੰਤਾ ਅਸੀਂ ਨਾਲ ਲੈ ਲਈ ਆ, ਸਾਡੇ ਭਰਾਵਾਂ ਨੇ ਜਿਹੜੇ ਵਿਹਦੇ ਪਏ ਉਹਨਾਂ ਨੇ ਚਿੰਤਾ ਲੈ ਲਈ ਆ, ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ, ਅੱਜ ਤੁਹਾਨੂੰ ਕਹਿ ਚੱਲੇ ਆ, ਡਟ ਕੇ ਖਲੋਤੇ ਆ। ਔਰ ਅਜਰਾਣਾ ਸਾਹਿਬ ਦੀ ਡਿਊਟੀ ਲਾਤੀ ਆ ਇੱਥੇ, ਅਜਰਾਣਾ ਸਾਹਿਬ ਰਾਣਾ ਸਾਹਿਬ ਦੇ ਨਾਲ 24 ਘੰਟੇ ਰਹਿਣਗੇ, ਆਪਣੇ ਲੋਕਾਂ ਨੂੰ ਨਾਲ ਬਿਠਾ ਕੇ ਇੱਥੇ ਰੱਖਣਗੇ, ਸਾਡੀ ਜ਼ਿੰਮੇਵਾਰੀ ਆ। ਔਰ ਸਾਡਾ ਸਾਰਾ ਇਲਾਕੇ ਦੀ ਸਾਰੇ ਪਤਵੰਤੇ ਸੱਜਣ ਇੱਥੇ ਪਹੁੰਚੇ ਨੇ, ਸਾਰੀ ਸਾਡੀ ਕਮਿਊਨਿਟੀ ਡਟ ਕੇ ਰਾਣਾ ਜੀ ਨਾਲ ਖੜੀ ਆ, ਜਾਣ ਦੇਣੀ ਪੂ ਜਾਣ ਦੇਣਗੇ, ਪਿੱਛੇ ਨਹੀਂ ਹਟਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।